ਗੱਡੀਆਂ ਵੀ ਖੋ ਕੇ ਲਿਆ ਸਾਨੂੰ ਗੋਲੀ ਵੀ ਮਾਰ ਦੇਣਗੇ ਸਾਡੇ ਪੱਲੇ ਕੀ ਰਹਿ ਜੂਗਾ ਅਸੀਂ ਵੀ ਕਿਸੇ ਮਾਂ ਦੇ ਪੁੱਤ ਨੇ ਜਿਹੜੀ ਖੋ ਹੋਈ ਆ ਕਿੰਨੇ ਦੀ ਖੋ ਹੋਈ ਤੁਹਾਡੀ ਖੋ ਇਹ ਡਰਾਈਵਰ ਕੈਸ਼ ਕੌਣ ਲੈ ਗਿਆ ਕੈਸ਼ ਕੌਣ ਲੈ ਗਿਆ ਕੈਸ਼ ਕੌਣ ਲ
ਜਿਹੜਾ ਮਸ਼ੀਨ ਦੇ ਵਿੱਚ ਹੁੰਦਾ ਉਹ ਚ ਕੌਣ ਹੁੰਦਾ ਪਰਸਨਲੀ ਕੈਸ਼ ਪਾ ਕੇ ਜਿੰਨਾ ਵੀ ਕੈਸ਼ ਸੀਗਾ ਉਹਦੇ ਕਨੈਕਟਰ ਕੋਲ ਉਹ ਪਿਸਤੌਲ ਦੇ ਡਰ ਤੋਂ ਜਿੰਨਾ ਵੀ ਸੀਗਾ ਉਹ ਲੈ ਕੇ ਭੱਜ ਗਏ ਸਾਰੇ ਓਕੇ ਮਸ਼ੀਨ ਲੈ ਕੇ ਚੱਲੀ ਭੱਜ ਗਏ ਤੁਸੀਂ ਨਿਸ਼ਾਨ ਦੇ ਅਸਰ ਜਾਂ ਕਨੈਕਟਰ ਦੇ ਹੱਥ ਮਾਰਿਆ ਉਹ ਛੱਲਿਆ ਗਿਆ ਤੋਂ ਉਹਨੂੰ ਧਮਕਾਇਆ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਬਾਕੀ ਬੰਦੇ ਸੀਗੇ ਸਾਡੇ ਉਹ ਵੀ ਮਦਰ ਭੱਜਿਆ ਉਹਨਾਂ ਫੜਨ ਵਾਸਤੇ ਪਰ ਮੂਰੇ ਪੁਲਿਸ ਵਾਲੇ ਸੀਗੇ ਪਿਸਤੌਲ ਮੂਰੇ ਤਾਣ ਕੇ ਉਹਦੇ ਉਹਨੂੰ ਡਰਾਇਆ ਗਿਆ ਜਿਹਦੇ ਕਰਕੇ ਸਾਰੀਆਂ ਸਵਾਰੀਆਂ ਸਹਿਮ ਗਈਆਂ ਗੱਡੀ ਦੀਆਂ ਕੋਈ ਵਿਚਾਰਾ ਬੋਲਿਆ ਨਹੀਂ ਮੁੜ ਕੇ ਉੱਤਰ ਕੇ ਭੱਜੇ ਆ ਬਾਕੀ ਹੋਰ ਬੰਦੇ ਨੇ ਹੈਲਪ ਕੀਤੀ ਆ ਉਹਨੂੰ ਬਲਾ ਪਹਚਾਣ ਦੀ ਪਰ ਉਹ ਫੇਰ ਵੀ ਪੁਲਿਸ ਮੁਲਾਜ਼ਮ ਹੋਣ ਕਰਕੇ ਉਹਨਾਂ ਯਾਰ ਥੱਲੇ ਉਹਨਾਂ ਦੇ ਮੂਰੇ ਲੰਘ ਕੇ ਗਏ ਨਾਮ ਸਾਹਿਲ ਆ ਜੀ ਪੀਆਰਡੀ ਦਾ ਕਨੈਕਟਰ ਨਾ ਤੇ ਪਟਿਆਲੇ ਤੋਂ ਅੰਮ੍ਰਿਤਸਰ ਜਾ ਰਿਹਾ ਸੀਗਾ ਅੱਛਾ ਤੇ ਲਾਡੂਆ ਟੂਲ ਟੈਸ ਕ੍ਰੋਸ ਕੀਤਾ ਸੀਗਾ ਤਿੰਨ ਮੁੰਡੇ ਸੀਗੇ ਮੋਟਰਸਾਈਕਲ ਤੇ ਦੋ ਜਣੇ ਇੱਕ ਸਕੂਟਰੀ ਤੇ ਅੱਛਾ ਤੇ ਉਹ ਆ ਕੇ ਬਰਾਬਰ ਗੱਡੀ ਰੋਕ ਕੇ ਗਾਲਾਂ ਕੱਢਣ ਲੱਗ ਗਏ ਮੈਂ ਬਾਰੀ 'ਚ ਗਿਆ ਭੱਜ ਕੇ ਮਾਂ ਕੀ ਹੋ ਗਿਆ ਅਤੇ ਉਹ ਮੈਨੂੰ ਗਾਲਾਂ ਕੱਢਣ ਲੱਗ ਗਏ ਦੁਬਾਰਾ ਫਿਰ ਥੱਪੜ ਮਾਰੇ ਉਹਨਾਂ ਨੇ ਮੇਰੇ ਅਤੇ ਗਲ 'ਚ ਚੈਨ ਸੀ ਚੈਨ 'ਤੇ ਦੇ ਚੈਨ ਖੋ ਕੇ ਲੈ ਕੇ ਪਤਾ ਨਹੀਂ ਗਿਰ ਗਈ ਉਹਨਾਂ ਤੋਂ ਕਿੱਥੇ ਗਿਰ ਗਈ ਪੈਸੇ ਸੀਗੇ ਥੋੜ੍ਹੇ ਮੋਟੇ ਉਹ ਲੈ ਗਏ ਸੀਗੇ ਕਿੰਨੇ ਪੈਸੇ ਸੀਗੇ 5-7 ਹਜ਼ਾਰ ਹੋਊਗਾ ਠੀਕ ਹੈ ਹਾਂ ਕਿਹੋ ਜਿਹੇ ਬੰਦੇ ਸੀਗੇ ਕਿਹੋ ਜਿਹੇ ਲੱਗਦੇ ਸੀਗੇ ਉਹਨਾਂ ਕੋਲ ਨਸ਼ੇੜੀ ਸੀਗੇ ਮੁੰਡੇ ਪਿਸਤੌਲਾਂ ਵੀ ਸੀਗੀਆਂ ਦੋ ਕੱਟੇ ਪਹਿਲਾਂ ਫਿਰ ਅਗਲੇ ਅੱਗੇ ਜਾ ਕੇ ਅਸੀਂ ਗੱਡੀ ਰੋਕੀ ਡਰਾਈਵਰ ਉਤਰ ਗਿਆ ਇਹ ਨਾਲ ਵੀ ਪੁੱਛੇ ਇਹਨੂੰ ਕੀ ਹੋ ਗਿਆ ਵੀ ਕਾਹਤੋਂ ਮਾਰਿਆ ਵੀ ਉਹ ਅਤੇ ਗਾਲਾਂ ਕੱਢਣ ਲੱਗ ਗਏ ਫਿਰ ਅਤੇ ਉਹਨਾਂ ਕੋਲ ਦੋ ਕੱਟੇ ਸੀਗੇ ਕੱਟੇ ਨਾਲ ਡਰਾਉਣ ਲੱਗ ਗਏ ਉਹ ਅੱਛਾ ਕਹਿੰਦੇ ਗੋਲੀ ਮਾਰ ਦਾਂਗੇ ਗੋਲੀ ਮਾਰ ਦਾਂਗੇ ਫਿਰ ਅਸੀਂ ਭੱਜ ਗਏ ਵਾਪਸ ਜੀ ਠੀਕ ਹੈ ਉਸ ਵੇਲੇ ਕਿੰਨੀਆਂ ਸਵਾਰੀਆਂ ਸੀਗੀਆਂ ਬੱਸ ਦੇ ਵਿੱਚ ਪੂਰੀ ਸੀਟਰ ਗੱਡੀ ਸੀਗੀ ਠੀਕ ਹੈ ਹਾਂ ਜੀ ਅਤੇ ਬੱਸ ਨੂੰ ਪੂਰਾ ਲੁੱਟਣ ਦੇ ਚਾਹ ਵਿੱਚ ਆਏ ਸੀਗੇ ਪਤਾ ਨਹੀਂ ਹੁਣ ਲੁੱਟਣ ਦੇ ਚਾਹ 'ਚ ਆਏ ਸੀ ਉਹ ਤਾਂ ਪਹਿਲਾਂ ਮੇਰੇ ਨਾਲ ਹੀ ਕਰਿਆ ਸਾਰਾ ਕੁਝ ਠੀਕ ਹੈ ਹਾਂ ਜੀ ਅਤੇ ਮੌਕੇ ਦੇ ਉੱਤੇ ਫਿਰ ਤੁਸੀਂ ਕੀ ਕੀਤਾ ਸਮਝਦਾਰੀ ਕੀ ਵਰਤੀ ਮੌਕੇ 'ਤੇ ਕੀ ਕਰਨਾ ਜੀ ਅਸੀਂ ਪੁਲਿਸ ਨੂੰ ਤਾਹ ਕੀਤੀ ਪੁਲਿਸ ਜਦੋਂ ਨਹੀਂ ਆਈ 10-15 ਮਿੰਟ ਬਾਅਦ ਫਿਰ ਅਸੀਂ ਰੋਡ ਬਲੋਕ ਕੀਤਾ ਜੀ ਫਿਰ 1.5 ਘੰਟੇ ਬਾਅਦ ਰੋਡ ਬਲੋਕ ਕਰਨ ਤੋਂ ਬਾਅਦ 1.5 ਘੰਟੇ ਬਾਅਦ ਪੁਲਿਸ ਆ ਗਈ ਠੀਕ ਹੈ ਅਤੇ ਪੁਲਿਸ ਨੇ ਹੁਣ ਕੀ ਕਿਹਾ ਪੁਲਿਸ ਵਾਲੇ ਕਹਿੰਦੇ ਕਾਰਵਾਈ ਕਰਦੇ ਹਾਂ ਹਾਲੇ ਠੀਕ ਹੈ ਕਿਸ ਪਾਸੇ ਗਏ ਨੇ ਕੁਛ ਪਤਾ ਲੱਗਿਆ ਉਹ ਮੁੰਡੇ ਇੱਧਰ ਨੂੰ ਗਏ ਨੇ ਉਹ ਜਾਣੇ ਵਾਲੇ ਪਾਸੇ ਨੂੰ ਆਏ ਨੇ ਨਹੀਂ ਨਹੀਂ ਉਹ ਵਿੱਚ ਨੂੰ ਲੰਘ ਉਧਰ ਉਧਰ ਸਾਈਡ ਨੂੰ ਪਿੰਡਾਂ 'ਚ ਨਿਕਲ ਗਏ ਪਿੰਡਾਂ 'ਚ ਨਿਕਲ ਗਏ ਅਜੇ ਕੀ ਮਾਮਲਾ ਹੈ ਕਿੱਥੇ ਹੋਇਆ ਵਾ ਔਰ ਕੀ ਪੂਰਾ ਮਾਮਲਾ ਕਿੱਦਾਂ ਅੱਜ ਸਾਡੇ ਕੋਲ ਇੰਟੀਮੇਸ਼ਨ ਆਈ ਸੀਗੀ ਕਿ ਸਾਹਿਲ ਨਾਮ ਦਾ ਲੜਕਾ ਹੈ ਜੋ ਕਿ PRTC ਦਾ ਕੰਡਕਟਰ ਹੈ ਇਹਨਾਂ ਦਾ ਰੂਟ ਹੈਗਾ ਪਟਿਆਲਾ ਟੂ ਅੰਮ੍ਰਿਤਸਰ ਅਤੇ ਇੱਥੇ ਲਾਡੋਵਾਲ ਜਿਹੜਾ ਇਹਨਾਂ ਦਾ ਟੂਲ ਪਲਾਜ਼ਾ ਹੈ ਇਹਨੂੰ ਇਹ ਕ੍ਰੋਸ ਕਰਕੇ ਅਜੇ ਗਿਆ ਹੀ ਹੈ ਉਹਦੇ ਦੱਸਣ ਮੁਤਾਬਕ ਕਿ ਦੋ ਮੁੰਡੇ ਮੋਟਰਸਾਈਕਲ 'ਤੇ ਆਏ ਔਰ ਇੱਕ ਐਕਟਿਵਾ 'ਤੇ ਆਇਆ ਉਹਨਾਂ ਨੇ ਬੱਸ ਦੇ ਨਾਲ ਲਾ ਕੇ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਹ ਦਰਵਾਜ਼ੇ ਦੇ ਕੋਲ ਆਇਆ ਅਤੇ ਉਹਨਾਂ ਨੇ ਇਹਦਾ ਕੋਲਰ ਫੜ ਲਿਆ ਕੋਲਰ ਫੜ ਕੇ ਇਹਦੇ ਦੱਸਣ ਮੁਤਾਬਕ ਕਿ ਮੇਰੀ ਇੱਕ ਚੈਨੀ ਗਾਇਬ ਹੋ ਗਈ ਹੈ ਪਤਾ ਨਹੀਂ ਉਹ ਲੈ ਗਏ ਹੈ ਕਿ ਜਾਂ ਡਿੱਗ ਪਈ ਹੈ ਅਤੇ ਦੂਸਰਾ ਇਹ ਕਹਿ ਰਿਹਾ ਕਿ ਮੇਰਾ 10,000 ਰੁਪਈਆ ਵੀ ਹੀ ਗਾਇਬ ਹੈ ਅਸੀਂ ਇਹਦੀ ਸਟੇਟਮੈਂਟ 'ਤੇ ਹੁਣ ਕੇਸ ਰਜਿਸਟਰ ਕਰ ਰਹੇ ਹਾਂ ਕੇਸ ਰਜਿਸਟਰ ਕਰਨ ਤੋਂ ਬਾਅਦ ਆਪਾਂ ਛੇਤੀ ਹੀ ਇਹਨਾਂ ਮੁਲਜ਼ਮਾਂ ਨੂੰ ਫੜ ਲਾਂਗੇ ਸਰ ਇਹ ਗਨ ਪੁਆਇੰਟ ਦੇ ਉੱਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਦੇ ਦੱਸਣ ਦੇ ਮੁਤਾਬਕ ਤਾਂ ਇਹ ਹੈ ਕਿ ਉਹਨਾਂ ਕੋਲ ਦੇਸੀ ਕੱਟੇ ਸੀਗੇ ਅਤੇ ਬਾਕੀ ਇਹ ਚੀਜ਼ ਸਾਰੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਪਰਚਾ ਦਰਜ ਕਰਕੇ ਹੁਣ ਅਸੀਂ ਇੱਥੇ ਤਫਤੀਸ਼ ਕਰ ਰਹੇ ਹਾਂ ਅਤੇ ਉਸ ਤੋਂ ਬਾਅਦ ਜਲਦੀ ਮੁਲਜ਼ਮਾਂ ਨੂੰ ਫੜ ਕੇ ਸਾਰੀ ਅਸਲੀਅਤ ਸਾਹਮਣੇ ਆ ਜਾਏਗੀ